ਉੱਥੇ ਵੀ ਗੇਮ ਤਾਂ ਮੈਂ ਸ਼ੁਰੂ ਤੋਂ ਖੇਡਦੀ ਹਾਂ 8 ਸਾਲ ਹੋ ਗਏ ਆ ਪਰ ਮੈਨੂੰ ਉੱਥੇ ਵੀ ਕੋਈ ਬੈਨੀਫਿਟ ਨਹੀਂ ਮਿਲਿਆ ਮੈਂ ਉੱਥੇ ਵੀ ਮਤਲਬ ਮਿਡਲ ਕਲਾਸ ਤੋਂ ਉੱਠੇ ਹੋਏ ਹਾਂ ਬੱਚੇ ਹਾਂ ਆਪਾਂ ਗੇਮ 'ਚ ਪਰ ਕੋਈ ਬੈਨੀਫਿਟ ਨਹੀਂ ਦੇ ਰਹੇ ਉੱਥੇ ਵੀ ਕਹਿੰਦੇ ਕਿ ਅਸੀਂ ਗੱਤਕੇ 'ਚ ਨਹੀਂ ਲੈਣਾ ਬੱਚਾ ਫਿਰ ਮੇਰੇ ਪੇਰੈਂਟਸ ਨੇ 1 ਲੱਖ ਰੁਪਇਆ ਦੇ ਕੇ ਉੱਥੇ ਮੇਰੀ ਐਡਮਿਸ਼ਨ ਕਰਵਾਈ ਹੈ ਫਸਟ ਈਅਰ ਦੀ ਹੋਰ ਵੀ ਗੇਮਾਂ ਤੁਹਾਡਾ ਕਿੱਦਾਂ ਮਨ ਕਰਿਆ ਵੀ ਮੈਂ ਗੱਤਕਾ ਹੀ ਮੇਰਾ ਮਤਲਬ ਮੇਰੇ ਪੇਰੈਂਟਸ ਦਾ ਹੀ ਸੀ ਇਹ ਡ੍ਰੀਮ ਸੀ ਕਿ ਮੈਂ ਗੱਤਕੇ 'ਚ ਹੀ ਖੇਡਾਂ ਅਤੇ ਫਿਰ ਅੱਜ ਮੈਂ ਗੱਤਕੇ 'ਚ ਹਾਂ ਬਹੁਤ ਮਾਣ ਆ ਮੈਨੂੰ ਤਾਂ ਮਾਣ ਆ ਮੇਰੇ ਉਸਤਾਦ ਜੀ ਨੂੰ ਵੀ ਬਹੁਤ ਆ ਕਿਉਂਕਿ ਉਸਤਾਦ ਜੀ ਦੀ ਮਿਹਨਤ ਦੇ ਸਿਰ 'ਤੇ ਹੀ ਅੱਜ ਮੈਂ ਉੱਥੋਂ ਇੰਨੀ ਦੂਰ ਤੋਂ ਗੋਲਡ ਮੈਡਲ ਲੈ ਕੇ ਆਈ ਹਾਂ ਉਹਨਾਂ ਦੀ ਮਿਹਨਤ ਸਦਕੇ ਹੀ ਆ ਇਹ ਤੁਹਾਡੇ ਨਾਲ ਕੰਪੀਟੀਸ਼ਨ 'ਚ ਕਿੰਨੀਆਂ ਕੁੜੀਆਂ ਸੀਗੀਆਂ ਕਿਹੜੇ ਸਟੇਟ ਤੋਂ ਆਈਆਂ 20 ਸਟੇਟ ਸੀ ਉੱਥੇ ਅਤੇ ਮੇਰੇ ਨਾਲ 4 ਮੈਚ ਸੀ ਉਹਨਾਂ ਵਿੱਚ ਤੁਸੀਂ ਫਸਟ ਆਏ ਹਾਂਜੀ ਅਤੇ ਮਾਨ ਸਰਕਾਰ ਜਾਂ ਹੋਰ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿਹੜੇ ਗੱਤਕਾ ਨੂੰ ਪ੍ਰੋਤਸਾਹਿਤ ਨਹੀਂ ਕਰਦੇ ਜਿਵੇਂ ਮਤਲਬ ਕਿ ਸਾਰੀਆਂ ਗੇਮਸ ਨੂੰ ਹੁਣ ਫੈਸਿਲਿਟੀਜ਼ ਮਿਲਦੀਆਂ ਸਭ ਕੁਝ ਜਾਂ ਬੈਨੀਫਿਟ ਆ ਪਰ ਸਾਡੇ ਗੱਤਕੇ ਨੂੰ ਕੁਝ ਨਹੀਂ ਹੈਗਾ ਅਤੇ ਮੈਂ ਇਹੀ ਅਪੀਲ ਕਰੂੰਗੀ ਕਿ ਜੋ ਸਭ ਲਈ ਆ ਉਹੀ ਗੱਤਕੇ ਵਿੱਚ ਵੀ ਹੋਵੇ ਡਾਇਟ ਵਗੈਰਾ ਪ੍ਰੋਪਰ ਦੇਣ ਬੱਚਿਆਂ ਨੂੰ ਕੋਈ ਨਹੀਂ ਹੈ ਹੀ ਨਹੀਂ ਕੋਈ ਬੈਨੀਫਿਟ ਨਹੀਂ ਹੈਗਾ ਮੈਨੂੰ 8 ਸਾਲ ਹੋ ਗਏ ਜੀ ਅਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਆਸਾਮ ਜਾ ਕੇ ਤੁਸੀਂ ਗੋਲਡ ਮੈਡਲ ਲੈ ਗਏ ਬਹੁਤ ਖੁਸ਼ੀ ਦਾ ਕਿੰਨਾ ਵੱਲੋਂ ਸਿਖਾਇਆ ਗਿਆ ਤੁਹਾਨੂੰ ਸਰਦਾਰ ਅਮਨਦੀਪ ਸਿੰਘ ਜੀ ਕਿੰਨਾ ਕੁ ਟਫ ਸੀਗਾ ਗੋਲਡ ਮੈਡਲ ਜਿੱਤਣਾ ਥੋੜ੍ਹਾ ਹੈ ਸੀ ਟਫ ਜਿਸ ਤਰ੍ਹਾਂ ਮਤਲਬ ਕਿ ਐਮ ਪੀ ਨਾਲ ਮੈਚ ਸੀ ਪਹਿਲਾਂ ਉਸ ਤੋਂ ਬਾਅਦ ਹਰਿਆਣੇ ਨਾਲ ਫਾਈਨਲ ਮੈਚ ਸੀ ਫਿਰ ਉਸ ਤੋਂ ਬਾਅਦ ਅਸੀਂ ਗੋਲਡ ਮੈਡਲ ਪ੍ਰਾਪਤ ਕੀਤਾ ਟੋਟਲ ਕਿੰਨੀਆਂ ਟੀਮਾਂ ਸੀਗੀਆਂ ਸਟੇਟਾਂ ਪੂਰੀਆਂ 20 ਸਟੇਟਾਂ ਸੀ ਪਹਿਲਾਂ ਤਾਂ ਸਾਡੇ ਉਸਤਾਦ ਜੀ ਦੀ ਬਹੁਤ ਮਿਹਰਬਾਨੀ ਆ ਕਿ ਸਾਨੂੰ ਉਹਨਾਂ ਨੇ ਇੰਨੀ ਪ੍ਰੈਕਟਿਸ ਕਰਾਈ ਡਿਸਟ੍ਰਿਕਟ ਲੈਵਲ ਖੇਡਿਆ ਫਿਰ ਸਟੇਟ 'ਚੋਂ ਗੋਲਡ ਆਇਆ ਫਿਰ ਸਾਡੀ ਸਿਲੈਕਸ਼ਨ ਹੋਈ ਨੈਸ਼ਨਲ ਵਾਸਤੇ ਅਤੇ ਉਹ 'ਚੋਂ ਵੀ ਗੋਲਡ ਆਇਆ ਅਤੇ ਟਫ ਸੀਗਾ ਜੀ ਗੋਲਡ ਮੈਡਲ ਟਫ ਤਾਂ ਹੈਗਾ ਸੀ ਉੱਥੇ 20 ਸਟੇਟਾਂ ਨੇ ਭਾਗ ਲਿਆ ਸੀ ਉਹਦੇ ਵਿੱਚ ਸਾਡਾ ਸੈਮੀ ਫਾਈਨਲ ਮਹਾਰਾਸ਼ਟਰ ਨਾਲ ਅਤੇ ਫਾਈਨਲ ਪਿਆ ਸੀ ਰਾਜਸਥਾਨ ਹਰਿਆਣੇ ਨਾਲ ਅਤੇ ਉਹਨਾਂ ਨੂੰ ਆਪਾਂ ਹਰਾ ਕੇ ਅਤੇ ਗੋਲਡ ਲਿਆਂਦੇ ਸਰਕਾਰਾਂ ਵੱਲੋਂ ਗੋਲਡ ਮੈਡਲ ਜਿੱਤਣ 'ਤੇ ਨਗਦੀ ਇਨਾਮ ਦਿੱਤੇ ਜਾਂਦੇ ਨੇ ਤੁਸੀਂ ਵੀ ਪੰਜਾਬ ਲਈ ਲੈ ਕੇ ਆਏ ਤੁਹਾਡੇ ਲਈ ਹਾਂ ਬਾਕੀ ਗੇਮਾਂ ਨੂੰ ਜਿੱਦਾਂ ਸਕੋਲਰਸ਼ਿਪ ਲੱਗਦੀਆਂ ਨੇ ਅਤੇ ਗੱਤਕੇ ਵਾਸਤੇ ਕੋਈ ਸਕੋਲਰਸ਼ਿਪ ਨਹੀਂ ਲੱਗਦੀ ਦੂਜੀਆਂ ਗੇਮਾਂ ਨੂੰ ਬੈਨੀਫਿਟ ਮਿਲਦੇ ਆ ਡਾਇਟ ਮਿਲਦੀ ਆ ਸਪੋਰਟਸ ਕਿੱਟ ਬਣਾ ਕੇ ਦਿੰਦੇ ਆ ਪਰ ਸਾਡੇ ਗੱਤਕੇ ਵਾਸਤੇ ਕੋਈ ਕਿੱਟ ਨਹੀਂ ਬਣਾ ਕੇ ਦਿੰਦੇ ਅਤੇ ਸਾਡਾ ਆਪ ਦਾ ਹੀ ਖਰਚਾ ਆ ਜਾਣ ਦਾ ਰਹਿਣ ਦਾ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਸਰਕਾਰ ਨੂੰ ਹੁਣ ਸੰਸਥਾ ਇੰਨੀਆਂ ਜੀ ਜਿੱਦਾਂ ਸਾਡੇ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਸੰਸਥਾ ਹੈ ਉਹਨਾਂ ਵੱਲੋਂ ਕੋਈ ਤੁਹਾਨੂੰ ਕੋਈ ਬੈਨੀਫਿਟ ਨਹੀਂ ਦਿੱਤੀ ਕੋਈ ਬੈਨੀਫਿਟ ਨਹੀਂ ਦਿੰਦੇ ਸਭ ਕੁਛ ਅਪੀਲ ਕੀ ਕਰਨਾ ਚਾਹੁੰਦੇ ਉਹਨਾਂ ਨੂੰ ਅਪੀਲ ਸਰਕਾਰਾਂ ਨੂੰ ਜਿਵੇਂ ਬਾਕੀ ਗੇਮਾਂ ਨੂੰ ਬੈਨੀਫਿਟ ਮਿਲਦੇ ਉਹਨਾਂ ਸਾਨੂੰ ਵੀ ਮਿਲਣ ਸਾਨੂੰ ਸਪੋਰਟਸ ਕਿੱਟ ਬਣਾ ਕੇ ਦੇਣ ਸਾਨੂੰ ਸਾਰੀਆਂ ਸਕੋਲਰਸ਼ਿਪ ਦੇਣ ਤੁਸੀਂ ਖੇਡ ਚੁਣੀ ਹੋਰ ਵੀ ਖੇਡ ਖੇਡ ਸਕਦੇ ਗੱਤਕਾ ਹੀ ਕਿਉਂ ਚੁਣੇ ਸ਼ੁਰੂ ਪਹਿਲਾਂ ਮੇਰੇ ਪੇਰੈਂਟਸ ਦਾ ਹੀ ਕਹਿਣਾ ਹੈ ਕਿ ਤੂੰ ਗੱਤਕੇ ਵੱਲ ਜਾ ਜਦਕਿ ਗੱਤਕੇ ਵਿੱਚ ਕੋਈ ਨੌਕਰੀ ਨਹੀਂ ਕੁਛ ਨਹੀਂ ਕਿਸੇ ਸੰਸਥਾ ਵੱਲੋਂ ਮੰਨ ਲਓ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਟੀਚਰ ਨਹੀਂ ਰੱਖਿਆ ਜਾਂਦਾ ਅਤੇ ਜੇ ਤੁਸੀਂ ਕੋਈ ਹੋਰ ਖੇਡ ਖੇਡਦੇ ਸ਼ਾਇਦ ਕੋਈ ਸਰਕਾਰੀ ਨੌਕਰੀ ਲੱਗ ਸਕਦੇ ਸੀ ਪੇਰੈਂਟਸ ਨੇ ਕਿਹਾ ਕਿ ਤੂੰ ਨਹੀਂ ਗੱਤਕਾ ਹੀ ਖੇਡੋ ਸਾਡੇ ਸਿੱਖਾਂ ਦੀ ਪੁਰਾਤਨ ਗੇਮ ਹੈ ਅਤੇ ਉਹਨਾਂ ਨੂੰ ਗਾੜੀ ਵਧਾਉਣਾ ਹੈ ਕੀ ਅਪੀਲ ਕਰਨਾ ਚਾਹੋਗੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਅਪੀਲ ਇਹੋ ਆ ਕਿ ਸਾਨੂੰ ਜਿਵੇਂ ਸਾਰੀਆਂ ਸਹੂਲਤਾਂ ਮਿਲਣ ਬੈਨੀਫਿਟ ਮਿਲਣ ਸਾਡੇ ਸਕੂਲ ਦੀ ਫੀਸ ਆ ਸਾਡੇ ਗੋਲਡ ਮੈਡਲ ਆਏ ਨੈਸ਼ਨਲ 'ਚ ਸਕੋਲਰਸ਼ਿਪ ਲੱਗੇ ਅਤੇ ਸਾਡੀ ਫੀਸ 'ਚੋਂ ਕੰਸੈਸ਼ਨ ਹੋਵੇ ਅਤੇ ਆਪਾਂ ਗਾਂਹ ਵੀ ਖੇਡੀ ਐਸ ਜੀ ਪੀ ਸੀ ਵੱਲੋਂ ਗੱਤਕਾ ਕੰਪਟੀਸ਼ਨ ਜ਼ਰੂਰ ਕਰਵਾਏ ਜਾਂਦੇ ਆ ਪਰ ਅਸੀਂ ਇਸ ਟਾਈਮ ਰੈੱਡ ਝੰਡੀ ਕਰ ਦਿੱਤੀ ਹੈ ਜੀ ਕਿ ਹੁਣ ਆਪਾਂ ਐਸ ਜੀ ਪੀ ਸੀ ਵੱਲੋਂ ਨਹੀਂ ਖੇਡਦੇ ਕਿਉਂਕਿ ਚਲੋ ਉਹਨਾਂ ਨੇ ਆਪਣੀ ਟੀਮਾਂ ਜਿਤਾਉਣੀਆਂ ਹੁੰਦੀਆਂ ਪਹਿਲਾਂ ਵੀ ਸਾਡੇ ਨਾਲ ਖੁਦ ਨਾਲ ਅਸੀਂ ਖੇਡਣ ਗਏ ਸੀ ਪਲਾਸੋਰ ਤਰਨ ਤਰਨ ਏਰੀਏ ਦੇ ਵਿੱਚ ਸਾਡੇ ਨਾਲ ਵੀ ਧੱਕਾ ਹੋਇਆ ਉਸ ਤੋਂ ਬਾਅਦ ਅਸੀਂ ਕਦੇ ਵੀ ਇਹਨਾਂ ਵੱਲ ਨੂੰ ਪੈਰ ਨਹੀਂ ਵਧਾਇਆ ਜੀ ਉਸ ਤੋਂ ਬਾਅਦ ਸਾਡੇ ਖੜ੍ਹੇ ਆ ਜੀ